ਲੋਵੀ ਬਰਾੜ ਨੇ 6 ਲੱਖ ਰੁਪਏ ਚ ਕਰਤਾ 100 ਬੱਕਰੀਆਂ ਦਾ ਫਾਰਮ ਤਿਆਰ ਘੱਟ ਖਰਚੇ ਦੇ ਵਿੱਚ ਤਿਆਰ ਕੀਤਾ ਕੀ ਕੁਛ ਇਹਦੇ ਵਿੱਚ ਖਾਸ ਹੋਊਗਾ ਕਾਨਿਆਂ ਦੀ ਪਾਤੀ ਛੱਤ ਮਜ਼ਬੂਤੀ ਹੋਊਗੀ ਜਾਂ ਨਹੀਂ ਹੋਊਗੀ ਆਜੋ ਆਪਾਂ ਬਰਾੜ ਨਾਲ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਬਰਾੜ ਕੀ ਹਾਲ ਆ ਸਤਿ ਸ਼੍ਰੀ ਅਕਾਲ ਬਾਈ ਸਾਰੇ ਭਰਾਵਾਂ ਨੂੰ ਜਿਹੜੇ ਭਰਾ ਵੇਖੀ ਜਾਂਦੇ ਤੇ ਬਈ ਤੁਹਾਡਾ ਵੀ ਵੈਲਕਮ ਆ ਆਪਣੇ ਬਰਾੜ ਫਾਰਮ ਤੇ ਤੇ ਬਰਾੜ ਵਾਕਈ ਬਾਈ ਇਹ 6 ਲੱਖ ਰੁਪਏ ਚ ਫਾਰਮ ਤਿਆਰ ਕਰਤਾ ਹਾਂ ਵੀਰੇ ਕਾਫੀ ਕਮੈਂਟ ਕਰੀ ਜਾਂਦੇ ਸੀਗੇ ਹੂੰ ਪਹਿਲਾਂ ਆਪਣੀ ਥੋੜੀ ਪਿਛਲੀ ਵੀਡੀਓ ਚ ਆਪਾਂ 3 ਲੱਖ ਆਖਿਆ ਸੀ ਹੁਣ ਕਈ ਕਹਿਣਗੇ 3 ਲੱਖ ਦਾ ਫੇਰ ਸਿੱਧਾ ਹੀ ਕੰਮ ਵਧਾਤਾ ਹਨਾ ਹੁਣ ਉਹ ਬਈ ਪਿਛਲੀ ਵੀਡੀਓ ਥੋੜੀ ਦੇਖ ਲਓ ਤੇ ਹੌਣ ਵਾਲੀ ਦੇਖ ਲਓ ਜੇ ਤੇ ਬਹੁਤ ਚੇਂਜ ਕਰਤਾ ਆਪਾਂ ਬਹੁਤ ਚੀਜ਼ਾਂ ਵਧ ਗਈਆਂ ਮੰਗਾਈ ਬਹੁਤ ਆ ਮੈਨੂੰ ਐ ਸੀਗਾ ਇਹ 1.5 ਤੋਂ 4-5 ਲੱਖ ਦੇ ਅੰਦਰ ਅੰਦਰ ਸੈਟ ਜੂ ਕੰਮ ਪਰ 6 ਲੱਖ ਕਰਾਉ ਸੀ ਕਰ ਗਿਆ ਮੰਨ ਲਾ 6.5 ਲੱਖ ਰੁਪਈਆ ਹੁਣ ਤਾਂ ਹੀ ਲੱਗ ਗਿਆ ਪਰ ਜੇ ਆਪਾਂ ਦੂਜੇ ਪਾਸੇ ਦੇਖੀਏ ਬਰਾੜ ਜਿਵੇਂ ਆਪਾਂ ਸੋਸ਼ਲ ਮੀਡੀਆ ਤੇ ਵੀਡੀਓ ਦੇਖਦੇ ਰਹੇ ਇੰਨੇ ਆ 100 ਬੱਕਰੀਆਂ ਦਾ ਫਾਰਮ ਘੱਟੋ ਘੱਟ ਵੀ 15-20 ਲੱਖ ਰੁਪਏ ਦਾ ਉਹ ਬਾਈਟ ਦੱਸਦੇ ਹੁੰਦੇ ਆ ਨਾ ਪਰ ਇਹ ਇਹਦੇ ਚ ਕੀ ਕੁਛ ਤੁਸੀਂ ਧਿਆਨ ਰੱਖਿਆ ਵੀ ਜਿਹਦੇ ਚ ਘੱਟ ਖਰਚੇ ਦੇ ਵਿੱਚ 6 ਲੱਖ ਰੁਪਏ ਚ ਤੁਸੀਂ ਕਹਿੰਦੇ ਵੀ ਆਪਾਂ 100 ਬੱਕਰੀ ਦਾ ਫਾਰਮ ਤਿਆਰ ਕਰਤਾ ਤੇ ਬਈ ਇੱਕ ਤਾਂ ਮੈਂ ਨਾ ਪਹਿਲਾਂ ਇਹੀ ਧਿਆਨ ਚ ਰੱਖਿਆ ਸੀਗਾ ਬਈ ਜਿੱਦਣ ਟਾਇਆ ਜਾਂਦਾ ਮੈਂ ਟਾਇਆ ਜਾਂ ਮੇਰੇ ਜਵਾਕ ਨੇ ਟਾਇਆ ਹੂੰ ਮੇਰਾ 6 ਦਾ 7 ਲੱਖ ਵਟਿਆ ਜਾ ਵੀ ਹੂੰ ਮੇਰਾ ਪੈਸਾ ਮੈਨੂੰ ਕਵਾੜ ਚ ਨਾ ਵੇਚਣਾ ਪਵੇ ਜਿਵੇਂ ਆਮ ਕੇ ਡੈਰੀ ਫਾਰਮਾਂ ਆ ਨਾ ਹੋਇਆ ਸੂਰ ਪਾਲਣ ਵਾਲਾ ਨਾ ਹੋਇਆ। ਹੂੰ ਪਹਿਲਾਂ ਤਾਂ ਉਹ ਸਬਸਿਡੀ ਉਹਦਾ ਫਰਮ ਹੀ ਬਣਾਉਣਾ ਪੈਂਦਾ ਹਨਾ ਪੈਸਾ ਵੱਧ ਲਾ ਤਾਂ ਉਹਨਾਂ ਨੇ ਮੁੜ ਕੇ ਜਦੋਂ ਫੇਲ ਹੋ ਜਾਂਦਾ ਕਿ ਇਹ ਨਹੀਂ ਕੰਮ ਚਲੋ ਆਪਣੇ ਤਾਂ ਮਹਾਰਾਜ ਦੀ ਕਿਰਪਾ ਹੈਗੀ ਆ ਪੱ ਤਜਰਬੇ ਤੋਂ ਬਿਨਾਂ ਇਹ ਕੰਮ ਸ਼ੁਰੂ ਨਹੀਂ ਕੀਤਾ। ਠੀਕ ਆ ਪਰ ਇਹਦੇ ਵਿੱਚ ਬਈ ਮੈਂ ਬਹੁਤ ਘੱਟ ਹਰੇਕ ਚੀਜ਼ 'ਚ ਪੈਸਾ ਬਚਾਇਆ। ਹੂੰ ਠੀਕ ਆ ਪਰ ਜਿਵੇਂ ਮੰਨ ਲਾ 50-60 ਹਜ਼ਾਰ ਤੇ ਤੇ ਭਰਤ ਦਾ ਹੀ ਖਰਚਾ ਆ ਗਿਆ ਸੀਗਾ ਤੇ ਬਿਲਡਿੰਗ ਤੇ ਤਾਂ ਮੈਂ ਬਹੁਤ ਘੱਟ ਖਰਚਾ ਕਰਿਆ ਬਈ ਆ ਹੁਣ ਸਵਾ ਨੰਬਰ 8 ਲੱਗੀ ਆ ਬਈ। ਜੀ ਡੇੜ ਵੀ ਆਈ ਹੈ ਵਿੱਚ ਪੱਠੇ ਵਾਲਿਆਂ ਨੇ ਮਾੜੀ ਵੀ ਦਿੱਤੀ ਸੀਗੀ ਤੇ ਇਹਨੂੰ ਬਈ ਕੁਛ ਨਹੀਂ ਹੁੰਦਾ ਉਹਦਾ ਕਈ ਇਥੋਂ ਲੰਗ ਦੇ ਟਾਪ ਦੇ ਕਹਿੰਦੇ ਸੀਗੇ ਜਾਂ ਬਈ ਇਹ ਡਿੱਗੂਗਾ ਇਹ ਇਟਾਂ ਗਲ ਜਾਣੀਆਂ ਇਹ ਪਾਣੀ ਨਹੀਂ ਚੱਲਣਾ ਇਟਾਂ ਨੇ ਆਹ ਦੇਖ ਲੈ ਵੀਰੇ ਨਿਰਾ ਮਸਾਲਾ ਮਾਰਿਆ ਉੱਤੇ ਸਾਰੇ ਤੇ ਚਣਾਈ ਵੀ ਇਹਦੀ ਗਾਰੇ ਚ ਕੀਤੀ ਸੀ ਗਾਰੇ ਚ ਚਣਾਈ ਕਰੀਆ ਕੋਰ ਮਿੱਟੀ ਕੱਢੀ ਆ ਉਹ ਆਪਣਾ ਨਾਲ ਦਾ ਟੋਹਾ ਬਣ ਗਿਆ ਹੋਰ ਕੰਮ ਵਧਾਲਿਆ ਉਹ ਚ ਆਪਾਂ ਡੱਕ ਵਗੈਰਾ ਹਾਂਸੂਂ ਸਛੜਨੇ ਆ ਤੇ ਗਾਰੇ ਦੇ ਨਾਲ ਇਹ ਕਰਿਆ ਸੀ ਤੇ ਛੱਤ ਤੇ ਬਈ 60000 ਰੁਪਇਆ ਖਰਚਾ ਆਇਆ ਉਦੋਂ ਭਰਾ ਇੱਕ ਨੇ ਕਮੈਂਟ ਕੀਤਾ ਕਹਿੰਦਾ ਅੱਠ ਗਾਰਡਰ ਬਈ ਕਿੰਨੇ ਦੇ ਹੋਗੇ ਠੀਕ ਐ ਬਈ ਗਾਰਡਰਾਂ ਗੂਟਰਾਂ ਦਾ ਸਾਰਾ ਵਿੱਚ ਹੀ ਆ ਇਹਦੇ 45 ਰੁਪਏ ਗਾਰਡਰ ਲਏ ਆ ਵਿੱਚ 6 ਗਾਰਡਰ 60000 ਰੁਪਏ ਖਰਚ ਆਇਆ ਟੋਟਲ ਛੱਤ ਦੇ ਵਿੱਚ ਸਾਰਾ ਬਈ ਆ ਤਾਂ ਜਿਹੜਾ ਸਰ ਜੀ ਦਾ ਆਪਣਾ ਫਰੀ ਛਪਣਾ ਛੁਪਣਾ ਤੋਂ ਵੱਡੇ ਹੀ ਜਿਹੜਾ ਬਾਂਸ ਤੇ ਆ ਵਿੱਚ ਪਾਟਾ ਬਾਂਸ ਪਾਇਆ ਇਹ ਸਾਰਾ ਵੀਰੇ 16000 ਦਾ ਸਮਾਨ ਆਇਆ ਸਾਰੀ ਛੱਤ ਦਾ ਸانے ਕੰਮ ਦੇ ਦਾ ਜੇ ਆਪਾਂ ਲੰਬਾਈ ਦੇਖੀਏ ਬ੍ਰਾਡ ਫਾਰਮ ਦੇ ਕਿੰਨੇ ਤੇ ਕਿੰਨੀ ਲੰਬਾਈ ਤੇ ਕਿੰਨੀ ਚੜਾਈ ਹੋਊਗੀ ਬਾਈ ਲੰਬਾਈ ਵੀਰੇ 50 ਫੁੱਟ ਆ ਮੇਰੀ ਤੇ ਚੜਾਈ 20 ਫੁੱਟ ਹੈ ਤੇ ਉਹ ਕਮਰਾ ਅਲੱਗ ਆ 14 ਬਾਈ 12 ਦਾ ਜਿਹੜਾ ਆਪਣਾ ਦਫ਼ਤਰ ਰੱਖ ਲਓ ਕੋਸ ਵੀ ਰੱਖ ਲਓ ਤੁਸੀਂ ਅੱਛਾ ਇਹ ਤੇ ਸਾਰੇ ਤੇ ਜਿਹੜਾ 45000 ਰੁਪਏ ਖਰਚਾ ਆਇਆ ਛੱਤ ਤੇ ਹਾਂ ਇਹਨਾਂ ਦਾ ਜੇ ਲੈਂਟਰ ਪਾਉਣਾ ਹੁੰਦਾ ਉਹ ਤਾਂ ਘੱਟੋ ਘੱਟ ਬਾਈ 4 ਲੱਖ ਰੁਪਏ ਚਾਹੀਦਾ ਸੀ ਹਨਾ ਬਾਈ ਲੈਟਰ ਵੀ ਜਦੋਂ ਲੈਟਰ ਪਾਉਣਾ ਤਾਂ ਤੇ ਥੱਲੋਂ ਬਾਈ ਨੀਆਂ ਵੀ ਮੈਨੂੰ ਪਿੱਲਰ ਠਾ ਠਾ ਕੇ ਕੱਢਣੀਆਂ ਪੈਣਗੀਆਂ ਬੀਮ ਪਰ ਪਰ ਕੇ ਠੀਕ ਆ ਫੇਰ ਤਾਂ ਬਾਈ 15-20 ਲੱਖ ਚ ਵੜੇ ਹੀ ਸੀਗਾ ਮੈਂ ਤੇ ਆ ਮੈਂ ਸੋਨੂੰ ਇੱਥੇ ਕਈ ਲਿਆ ਆ ਲੈ ਵੱਡਾ ਇਥੋਂ ਇਥੋਂ ਹੀ ਆ ਨੀ ਚੱਕੀ ਆਪਾਂ ਸਾਰੀ ਅੱਛਾ ਬਾਈ ਇਦੋਂ ਤਾਂ ਮਿੱਟੀ ਆ ਕੱਚਾ ਖੱਲੇ ਇਹਦੇ ਵਿੱਚ ਬੁਰਜੀਆਂ ਚੱਕੀਆਂ ਥੱਲੋਂ ਉਹ ਵੀ ਗਾਰੇ ਚੀ ਚੱਕਮੀਆਂ ਤੇ ਉਹ ਚ ਮੋਰਾ ਛੱਡ ਕੇ ਦੋ ਦੋ ਸਰਗੇ ਪਾਤੇ ਆਪਾਂ ਕੋਈ ਇਹਦੀ ਨੀਂ ਨੀ ਕੋਈ ਕੁਛ ਨਹੀਂ ਕੱਢਿਆ ਸਿੱਧਾ ਭਾਰਤ ਚੋਂ ਤਾਂ ਚੱਕਿਆ ਆਪਾਂ ਇਹ ਇਹ ਵਾਸ ਵਾਲੀ ਛੱਤ ਦਾ ਬਾਈ ਜੇ ਦੇਖੀਏ ਕੱਲਾ ਖਰਚਾ ਹੀ ਬੈਜਦਾ ਕਿ ਉਂ ਵੀ ਫਾਇਦਾ ਰਹਿੰਦਾ ਕੋਈ ਜਾਨਵਰਾਂ ਨੂੰ ਬਾਈ ਇਹਦਾ ਤਾਂ ਫਾਇਦਾ ਪੂਰਾ ਹੀ ਆ ਆ ਹੁਣ ਗਰਮੀ ਆਊਗੀ ਜਦੋਂ ਵੀ ਤੁਸੀਂ ਆਓਗੇ ਇੱਥੇ ਪੱਖਾ ਨਾ ਚੱਲਦਾ ਮਿਲੂਗਾ ਤੁਹਾਨੂੰ ਗਰਮੀਆਂ 'ਚ ਹੂੰ ਪਰਾਂ ਦੀ ਘੋੜੀਆਂ ਮੱਝਾਂ ਗਾਈਆਂ ਅਮਰੀਕਨ ਗਾਈ ਜਿਹੜਾ ਕਹਿੰਦਾ ਫੰਡਰੋਏਂ ਦੀ ਗਰਮੀਆਂ ਨਹੀਂ ਝਾਲਦੀ ਉਹ ਨਹੀਂ ਚੱਲਦੀ ਜਮਾ ਸਿੱਧੀ ਅਮਰੀਕਾ 'ਚੋਂ ਲਿਆ ਕੇ ਮੇਰੇ ਕੋਲ ਜਾ ਆਜ ਤੇ ਇੱਥੇ ਤਾਰ ਦਿਓ ਤੁਸੀਂ ਤੇ ਇੱਥੇ ਨਾ ਕੋਈ ਫਵਾਰਾ ਸਿਸਟਮ ਲਾਵਾਂ ਚੱਲ ਉਹਨਾਂ ਦੇ ਇਲਾਕੇ 'ਆਂ ਦੇ ਬੱਕਰੀਆਂ ਦੇ ਫਵਾਰਾ ਸਿਸਟਮ ਵੀ ਨਹੀਂ ਬਈ ਲਾ ਸਕਦੇ ਨਮੀ ਨਹੀਂ ਚਾਹੀਦੀ ਬੱਕਰੀ ਨੂੰ ਬੱਕਰੀ ਗਰਮੀ ਸਹਾਰ ਜਾਂਦੀ ਐ ਤੇ ਪਰ ਮੈਂ ਅਮਰੀਕਨ ਗਾਈਆਂ ਵਾਲਿਆਂ ਨੂੰ ਵੀ ਕਹਿਣਾ ਭਰਾ ਐਫ.ਸੀ. ਵਾਲਿਆਂ ਨੂੰ ਆਹ ਛੱਤ ਪਾਓ ਯਾਰ ਐਵੇਂ ਸੀਮੈਂਟਡ ਨਾਲ ਇਹ ਸਿੱਧਾ ਕਿਸਾਨ ਨੂੰ ਫਾਇਦਾ ਹੁੰਦਾ। ਇਹ ਸਾਮ ਚ ਆਉਂਦਾ ਆਪਣੇ ਕਿਸਾਨਾਂ ਕੋਲੋਂ ਬਾਸਬੂਸ ਤੇ ਨਾਲੇ ਸਸਤਾ ਸਾਰਾ 15-16000 ਦਾ ਸਮਾਨ ਆਇਆ। ਗਾਡਰ ਆਈਆਂ ਮੇਰੀਆਂ ਕਵਾਂਟਲ ਕਵਾਂਟਲ ਦੀਆਂ ਠੀਕ ਹੈ। ਮਿਲੀਆਂ ਥੋੜੀਆਂ ਇਹ ਦਿੱਕਤ ਨਾਲ 20 ਫੁੱਟੀਆਂ ਮਿਲਦੀਆਂ ਨਹੀਂ ਸੀਗੀਆਂ। ਤੇ ਹੁਣ ਇਹ ਚੰਦਰੂਕ ਕਲੀ ਕਰਾਂਗੇ ਨਾਲੇ ਕੈਲਸ਼ੀਅਮ ਸਾਰਾ ਤਿਆਰ ਹੋ ਜਾਊਗਾ ਆਪਣਾ। ਆ ਬਾਹਰ ਆਪਾਂ 40 ਫੁੱਟ ਵਾੜੀ ਤਿਆਰ ਕਰਤੀ। ਠੀਕ ਹੈ ਭਾਈ ਹਾਂ ਇਹ ਅਲੱਗ-ਅਲੱਗ ਪੋਰਚਣਾਂ ਬਣਦੇ ਅੱਗੇ ਆ ਸੀਗਾ ਹੁਣ ਆ ਆਪਾਂ ਆਪਦਾ ਲੋਹਾ ਲਿਆ ਕੇ ਅੱਛਾ ਆ ਵੀ ਤਿਆਰ ਕਰ ਹਾਂ ਮਿਸਤਰੀ ਸੀਗਾ ਆਪਣਾ ਲਿਆਜੀ ਉਹਨੇ ਆ ਗੇਟ ਤਿਆਰ ਕਰਤੇ ਅੱਛਾ ਪਹਿਲਾਂ ਇਹਨਾਂ ਦੇ ਭਾਈ ਫਾਈਬਰ ਪਾਉਣੀ ਸੀ ਫਾਈਬਰ ਨਾਲ ਬੱਕਰੀ ਖਾਂਦੀ ਐ ਇਹ ਕੋਈ ਭਰਾ ਗਲਤੀ ਨਾ ਕਰੇ ਇਹਦੇ ਵਿੱਚ ਆ ਚਾਦਰ ਲਾਵੇ ਬਾਕੀ ਜਦੋਂ ਕਈ ਰਾਤ ਨੂੰ ਕੋਈ ਚੋਰ ਚਾਰੇ ਇਹਨੂੰ ਖੋਲੂਗਾ ਇਹਦੀ ਖੜਕਾ ਬਹੁਤ ਹੋਊਗਾ ਠੀਕ ਐ ਇਹਦੇ ਆਪਾਂ ਹੋਰ ਵੀ ਕੋਈ ਕੂੰ ਗੁਰੂ ਕਾਂ ਗੁਰੂ ਜਾਂ ਹੋਰ ਚੀਜ਼ਾਂ ਵੀ ਲਾਵਾਂਗੇ ਸਾਰੇ ਪਾਸੇ ਬਈ ਜਿੱਥੇ ਕੋਈ ਕੁੱਤਾ ਵਗੈਰਾ ਜਾਂ ਕੋਈ ਵੀ ਐਂਟਰ ਕਰੇ ਆਵਾਜ਼ ਆਵੇ ਆਪਣੇ ਬੰਦੇ ਨੂੰ ਪਤਾ ਲੱਗ ਜੇ ਤੇ ਆ ਜਿਵੇਂ ਆਪਾਂ ਬਰਾੜ ਤੋਂ ਦੱਸ ਰਹੇ ਸੀ ਕਿ ਕੈਮਰੇ ਵੀ ਲਵਾ ਕੇ ਸਾਰੇ 6 ਲੱਖ ਰੁਪਏ ਚ ਕੰਪਲੀਟ ਹੋ ਜਾਊਗਾ ਇਹ ਹਾਂ 6 ਚ ਹੋ ਜਾਊਗਾ ਵੀਰੇ ਕੋਈ 40 50 ਹਜ਼ਾਰ ਦਾ ਨਾ ਹਜੇ ਆਪਣੀ ਉਹ ਐਸਟੀਮੇਟ ਬਣਾਇਆ ਮੇਰਾ 25 ਹਜ਼ਾਰ ਦਾ ਜਿਹੜੀ ਬਾਗ ਦੇ ਆਸ-ਪਾਸੇ ਨਹੀਂ ਜਾਲੀ ਲਾਉਂਦੇ ਹੁੰਦੇ ਉਹ ਲਵਾਉਣੀ ਆਪਾਂ ਪਿੱਲਰਾਂ ਨਾਲ ਉਹ ਹੋ ਗਿਆ ਤੇ 20000 ਰੁਪਿਆ ਕੈਮਰਾ ਨੇ ਤੇ ਆਊਗਾ ਮੈਂ ਮੰਨ ਲਾ 50000 ਦਾ ਕੰਮ ਬੱਕਰੀਆਂ ਮੈਂ ਅੱਜ ਵੀ ਛੱਡ ਸਕਦਾ ਪਰ ਬਈ ਆਪਾਂ ਸਕਿਉਰਟੀ ਤੋਂ ਬਿਨਾ ਹਮ ਕਿਉਂਕਿ ਇਹਨੂੰ ਚੋਰ ਤੇ ਕੁੱਤੇ ਬਹੁਤ ਪੈਂਦੇ ਆ ਬੱਕਰੀਆਂ ਨੂੰ ਠੀਕ ਹੈ ਮੇਰੀ ਇੱਕ ਬੱਕਰੀ ਵੀ ਲੈ ਕੇ ਚੱਕੇ 15 20000 ਦੀ ਆ ਆਪਾਂ ਇਧਰੋਂ ਨਹੀਂ ਬਈ ਕਰਸ ਕਰਦੇ ਸਕਿਉਰਟੀ ਵਾਲੇ ਪਾਸਿਓਂ ਹਮ ਬੰਦੇ ਵੀ ਮੈਨੂੰ ਇੱਕ ਦੀ ਥਾਂ ਦੋ ਰੱਖੂ ਆ ਆਪ ਵੀ ਬਈ ਇੱਥੇ ਆਇਆ ਕਰਾਂਗੇ ਵਾਰੀ ਨਾਲ ਠੀਕ ਹੈ ਦਿਨੇ ਤਾਂ ਹੁੰਦੀ ਹੈ ਬਾਕੀ ਆਪਣੇ ਘਰ ਹੈਗੇ ਐਡਾ ਕੋਈ ਖਤਰਾ ਹੈ ਨਹੀਂ ਪਰ ਨੇ ਜਾਣੀਆ ਆਪਣਾ ਬੰਦਾ ਕੋਈ ਬਿਮਾਰ ਆ ਜਾਂ ਸੌ ਗਿਆ ਹੁਣ ਬੰਦੇ ਨੂੰ ਤਾਂ ਨੀਂਦ ਆਊਗੀ ਜੇ ਸਾਰੇ ਦਿਨ ਦਾ ਥੱਕਿਆ ਪੜਾਂਦੀ ਆਪਣਾ ਚਲ ਹੁੰਦਾ ਡਾਰੀ ਆ ਪਰ ਜਿਹੜੇ ਕੈਮਰੇ ਆ ਠੀਕ ਆ ਵਾਈਫਾਈ ਲਵਾ ਕੇ ਆਪਾਂ ਆਪਦੇ ਮੈਂ ਮੋਬਾਈਲ 'ਚ ਵੀ ਕੈਮਰਿਆਂ ਦਾ ਹੋਰ ਬਹੁਤ ਸੌਗਾ ਬਈ ਲੇਬਰ ਦਾ ਪਤਾ ਲੱਗ ਜੂ ਜੇ ਮੈਂ ਹੁਣ ਬਾਹਰ ਫਿਰਦਾ ਮੇਰਾ ਹੁਣ ਆਪਦਾ ਚੈਨਲ ਆ ਮੈਂ ਤੁਰਿਆ ਫਿਰਦਾ ਠੀਕ ਆ ਮੈਂ ਅੱਜ ਕਿਤੇ ਡੱਬ ਵਾਲੀ ਫਿਰਦਾ ਮੈਂ ਜੇ ਬਾਅਦ 'ਚ ਵੇਖਣਾ ਬਈ ਮੇਰੇ ਬੰਦੇ ਨੇ ਫੀਡ ਪਾਈ ਆ ਕਿ ਨਹੀਂ ਪਾਈ ਠੀਕ ਆ ਜਾਂ ਕੋਈ ਬੱਕਰੀਆਂ ਸਾਰੀਆਂ ਸਹੀ ਆ ਮੈਂ ਆਪਦੇ ਮੋਬਾਈਲ 'ਚ ਵੇਖ ਸਕਦਾ ਜਾਂ ਕੋਈ ਬੱਕਰੀ ਕਰਾਸ ਬਈ ਪਤਾ ਲੱਗ ਜੂਗਾ ਕੋਈ ਗੈਰ ਬੰਦਾ ਆਉਂਦਾ ਉਹਦਾ ਵੀ ਪਤਾ ਲੱਗ ਜੂ ਸਾਰਾ ਪਤਾ ਲੱਗਦਾ ਰਹਿੰਦਾ ਬਾਕੀ ਆਸੇ ਪਾਸੇ ਵੀ ਹੋਰ ਵੀ ਖੇਤਾਂ ਦੀ ਵੀ ਸਿਕਿਉਰਿਟੀ ਵਾਜੂਗੀ ਬਈ ਚੋਰੀਆਂ ਚਾਰੀਆਂ ਨੇੜੇ ਤੇੜੇ ਉਹ ਵੀ ਹੁਣੋਂ हट ਜਾਣੀਆਂ ਠੀਕ ਹੈ ਬਈ ਹਾਂਜੀ ਸੋ ਬਹੁਤ ਬਹੁਤ ਧੰਨਵਾਦ ਬਾਈ ਤੇ ਦੋਸਤੋ ਦੱਸਿਓ ਕਿ ਇਸ ਤਰ੍ਹਾਂ ਦਾ ਲੱਗਿਆ ਬਰਾਡ ਦਾ ਫਾਰਮ ਇਹ ਬਹੁਤ ਘੱਟ ਬਜਟ ਦੇ ਵਿੱਚ ਮੇਰੇ ਖਿਆਲ ਅਨੁਸਾਰ ਵੀ ਆਪਣੇ ਪੰਜਾਬ ਦੇ ਵਿੱਚ ਇੱਕੋ ਇੱਕ ਅਜੀਹਾ ਫਾਰਮ ਆਊਗਾ ਜਿਹੜਾ ਇੰਨੇ ਘੱਟ ਬਜਟ ਦੇ ਵਿੱਚ ਤਿਆਰ ਹੋਇਆ ਹਰੇਕ ਇੱਥੇ ਸੁੱਖ ਸਹੂਲਤ ਹੈ ਨਹੀਂ ਵੀ ਜੇ ਘੱਟ ਬਜਟ ਦੇ ਵਿੱਚ ਤਿਆਰ ਹੋਇਆ ਤੇ ਇੱਥੇ ਕੋਈ ਸਹੂ ਹਰੇਕ ਸਹੂਲਤ ਮਿਲੋਗੇ ਵਾਈਫਾਈ ਦੇ ਕੈਮਰਿਆਂ ਦੇ ਤੇ ਜੇ ਆਪਾਂ ਸਕਿਉਰਟੀ ਪਰਪਸ ਲਈ ਜੀ ਆ ਵੀ ਦੇਖੇ ਉਧਰੋਂ ਵੀ ਜਿਹੜੇ ਫੁੱਲ ਹਨਾ ਕੋਈ ਗਰਮੀ ਸਰਦੀ ਦਾ ਨਹੀਂ ਇਹਨਾਂ ਨੂੰ ਚੱਕਰ ਤੇ ਬਹੁਤ ਘੱਟ ਖਰਚੇ ਦੇ ਵਿੱਚ ਜਿਹੜਾ ਇਹ ਫਾਰਮ ਤਿਆਰ ਹੋਇਆ ਅੱਗੇ ਵੀ ਸ਼ੇਅਰ ਕਰਿਓ ਆਪਣੇ ਕਿਸਾਨਾਂ ਨੂੰ ਹਾਂ ਬਾਕੀ ਭਾਈ ਜੋ ਤਾਂ ਹੁਣ ਜਿਵੇਂ ਸਵਾ ਨੰਬਰ 83 3700 ਰੁਪਏ ਹੀ ਆ ਠੀਕ ਹੈ ਹਜੇ ਰਨਵਾਇਰਨਮੈਂਟ ਮੈਨੂੰ ਸਾਲ 2 ਸਾਲ ਹੋ ਜਾਣਗੇ ਲੱਗ ਜਾਣਗੇ ਇੱਥੇ ਆਪਾਂ ਹੁਣ ਦਰਖਤ ਲਿਆ ਕੇ ਲਾਉਣੇ ਆ ਉਹ ਜੀ ਨਾਲ ਤਾਂ ਇਹਨਾਂ ਨੂੰ ਆਪਾਂ ਉਹਦੀਆਂ ਡਾਣੀਆਂ ਚਾਰਿਆ ਕਰਾਂਗੇ ਨਾਲੇ ਸ਼ਾਮ ਵਗੈਰਾ ਦਾ ਬੱਕਰੀਆਂ ਨੂੰ ਆਸੇ-ਪਾਸੇ ਜਦੋਂ ਬੱਕਰੀਆਂ ਝਾਕਣੀਆਂ ਨਾ ਸਟ੍ਰੈਸ ਨਹੀਂ ਆਉਣੀ ਉਹਨੂੰ ਜਾਨਵਰ ਉਦੋਂ ਬਿਮਾਰ ਹੁੰਦਾ ਜਦੋਂ ਸਟ੍ਰੈਸ ਚ ਆਉਂਦਾ ਹੈ ਜਿਹੜੇ ਆਪਣੇ ਪਸ਼ੂ ਵੀ ਘਰੇ ਆਈ ਉਹ ਹੋਏ ਆ ਠੀਕ ਹੈ ਮਤਲਬ ਬਿਮਾਰ ਹੋ ਜਾਂਦੇ ਆਪਾਂ ਉਹਨਾਂ ਨੂੰ এনवायरमेंट ਨਹੀਂ ਦਿੰਦੇ ਇੱਥੇ ਸਾਰਾ এনवायरमेंट ਤੇ ਆਈ ਸੋਡੀ ਭਰਾ ਵੀਡੀਓ ਅੱਜ ਵਾਲੀ ਜਿਹੜੀ ਆ ਵੇਖ ਲੈਣਗੇ ਠੀਕ ਹੈ 2024 ਚੱਲੀ ਜਾਂਦਾ 2025 ਦੇ ਲਾਸਟ 'ਚ ਤੁਸੀਂ ਦੇਖੋ ਜ ਆਸੇ-ਪਾਸੇ ਇਹ ਜੰਗਲ ਦਾ ਰੂਪ ਹੀ ਧਾਰ ਲੈਣਾ ਨੇ ਚਾਰਕ ਨਾਲਾਂ ਨੇ ਸੋ ਬਹੁਤ ਬਹੁਤ ਧੰਨਵਾਦ ਬਾਈ ਤੇ ਵੀਡੀਓ ਸ਼ੇਅਰ ਜ਼ਰੂਰ ਕਰੋ ਬਾਈ ਜੇ ਚੰਗੀ ਲੱਗੀ ਤਾਂ ਨਾ ਅੱਗੇ ਵੀ ਆਪਣੇ ਕਿਸਾਨ ਭਰਾਵਾਂ ਨਾਲ ਜਾਂਦੇ ਵਾਸਤੇ ਰੋ